ਪੰਜਾਬ ਦੇ ਵਿੱਚ ਹੜ੍ਹਾਂ ਨੇ ਪੂਰੀ ਬਰਬਾਦੀ ਮਚਾ ਰੱਖੀ ਹੈ। 6 ਮੌਤਾਂ ਵੀ ਪੰਜਾਬ ਦੇ ਵਿੱਚ ਹੋ ਗਈਆਂ ਨੇ। ਲੋਕਾਂ ਦੇ ਘਰ, ਸਮਾਨ, ਟਰੈਕਟਰ ਟਰਾਲੀਆਂ ਜਾਂ ਫਿਰ ਉਹਨਾਂ ਦੇ ਆਮ ਜ਼ਰੂਰਤ ਦੇ ਸਮਾਨ, ਹੁਣ ਪਸ਼ੂ ਧਨ ਦਾ ਸਭ ਤੋਂ ਵੱਧ ਨੁਕਸਾਨ ਹੋਇਆ। ਅਸੀਂ ਅਨੰਦਪੁਰ ਸਾਹਿਬ ਹਾਈਵੇ ਤੋਂ ਇੱਧਰ ਇੱਕ ਪਿੰਡ ਹੈ ਗੱਜਪੁਰ, ਗੱਜਪੁਰ ਪਿੰਡ ਵੱਲ ਜਾ ਰਹੇ ਹਾਂ ਤਾਂ ਰਾਹ ਦੇ ਵਿੱਚ ਅਸੀਂ ਦੇਖਿਆ ਕਿ ਇੱਥੇ ਜਿਹੜਾ ਲੋਕਾਂ ਦੇ ਲਈ ਰਾਹਤ ਕਾਰਜ ਚੱਲ ਰਹੇ ਨੇ। ਕਈ ਸਿੱਖ ਸੰਸਥਾਵਾਂ ਨੇ ਜਿਹੜੀਆਂ ਅੱਗੇ ਆਈਆਂ ਨੇ। ਸਭ ਤੋਂ ਪਹਿਲਾਂ ਐਲਾਨ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜਦੋਂ ਪੰਜਾਬ ਦੇ ਵਿੱਚ ਇਹ ਹਾਲਾਤ ਬਣੇ SGPC ਪ੍ਰਧਾਨ ਨੇ ਆਦੇਸ਼ ਦਿੱਤੇ ਸੀ, ਹੁਕਮ ਜਾਰੀ ਕੀਤੇ ਸੀ ਕਿ ਜਿੰਨੇ ਵੀ SGPC ਦੇ ਗੁਰਦੁਆਰੇ ਨੇ, ਗੁਰੂ ਘਰ ਨੇ, ਉਹ ਸੰਗਤ ਦੇ ਲਈ ਖੋਲ੍ਹ ਦਿੱਤੇ ਜਾਣ। ਲੰਗਰ ਅਤੇ ਰਿਹਾਇਸ਼ ਦਾ ਖੂਬ ਪ੍ਰਬੰਧ ਕੀਤਾ ਜਾਵੇ। ਖੁੱਲ੍ਹੇ ਗੁਰਦੁਆਰੇ ਸਦਾ ਹੀ ਰਹਿੰਦੇ ਨੇ ਪਰ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਰਿਹਾ। SGPC ਦਾ ਹੀ ਇਹ ਟਰੈਕਟਰ ਹੈ ਜਿਹਦੇ ਅਸੀਂ ਬੈਠੇ ਹੋਏ ਹਾਂ। SGPC ਦੀ ਟੀਮ ਹੈ ਜਿਹੜੀ ਪਿੰਡ ਗੱਜਪੁਰ ਵੱਲ ਜਾ ਰਹੀ ਹੈ। ਅਸੀਂ ਦੇਖਣ ਆਏ ਸੀ ਗਰਾਊਂਡ ਦੇ ਉੱਤੇ ਆ ਕੇ ਕਿ ਜੋ SGPC ਪ੍ਰਧਾਨ ਨੇ ਐਲਾਨ ਕੀਤਾ ਕਿ ਉਹਨੂੰ ਅਮਲੀ ਰੂਪ ਦੇ ਵਿੱਚ ਲਿਆਂਦਾ ਜਾ ਚੁੱਕਿਆ। ਸਾਡੇ ਨਾਲ SGPC ਦੇ ਸੇਵਾਦਾਰ ਹੈਗੇ ਨੇ। ਹਾਂਜੀ ਭਾਈ ਸਾਹਿਬ, ਕੀ ਨਾਮ ਹੈ ਤੁਹਾਡਾ ਅਤੇ ਕੀ ਕਰਨ ਜਾ ਰਹੇ ਹੋ ਤੁਸੀਂ ਪਿੰਡ ਗੱਜਪੁਰ? ਮੇਰਾ ਨਾਮ ਸੰਦੀਪ ਸਿੰਘ ਹੈ ਜੀ। ਮੈਂ ਤਖ਼ਤ ਸ਼੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਕੇਸਗੜ੍ਹ ਸਾਹਿਬ ਵਿਖੇ ਬਤੌਰ ਇੰਚਾਰਜ ਡਿਊਟੀ ਕਰਦਾ ਹੈ ਜੀ। ਹੁਣ 4-5 ਰੋਜ਼ ਤੋਂ ਜਿੱਦਾਂ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਪ੍ਰੈਜੀਡੈਂਟ SGPC ਉਹਨਾਂ ਦੇ ਹੁਕਮਾਂ ਅਨੁਸਾਰ ਸਾਡੇ ਇੱਥੋਂ ਦੇ ਪ੍ਰਬੰਧਕ ਹੀ ਜਿਹੜੇ ਸਾਡੇ ਮੈਨੇਜਮੈਂਟ ਦੇ ਨੇ, ਸਰਦਾਰ ਜਸਵੀਰ ਸਿੰਘ ਮੈਨੇਜਰ ਨੇ, ਉਹਨਾਂ ਦੇ ਹੁਕਮਾਂ ਅਨੁਸਾਰ ਅਸੀਂ 5 ਰੋਜ਼ ਤੋਂ ਇੱਥੇ ਲਗਾਤਾਰ ਹੀ ਲੰਗਰ ਦੀ ਸੇਵਾ। ਹੁਣ ਜਦ ਤੁਸੀਂ ਆਏ ਆ ਜਾਂ ਅਸੀਂ ਚਾਹ ਲੈ ਕੇ ਚੱਲੇ ਸੀ, ਜਿਹੜੇ ਬਾਹਰੋਂ ਸਿੱਖ ਸੰਸਥਾਵਾਂ ਆਈਆਂ ਨੇ, ਅਤੇ ਅਸੀਂ ਲੋੜਵੰਦਾਂ ਨੂੰ, ਜਿਹੜੀ ਇਹ ਪਿੰਡ 'ਚ ਇਹ ਕੁੜੀਆਂ ਨਰਸਾਂ ਨੇ, ਉਹਨਾਂ ਨੂੰ ਅਸੀਂ ਦਵਾਈਆਂ ਦੇ ਕੇ ਆਏ ਕਿਉਂਕਿ ਉਹ ਕਹਿੰਦੀਆਂ ਸੀ ਵੀ ਅਸੀਂ ਆਪਣੇ ਪਿੰਡ 'ਚ ਆਪੇ ਹੀ ਦਵਾਈ ਦੇ ਦਾਂਗੇ, ਤੁਸੀਂ ਸਾਨੂੰ ਦਵਾਈ ਪਜਾ ਦਿਓ। ਅਸੀਂ ਉਹਨਾਂ ਨੂੰ ਦਵਾਈ ਵੀ ਪਜਾਈ ਹੈ ਅਤੇ ਸਵੇਰੇ ਅਸੀਂ 11 ਵਜੇ 10 ਵਜੇ ਤੋਂ ਲੈ ਕੇ ਲੰਗਰ ਲੈ ਕੇ ਆਉਂਦੇ ਹਾਂ ਇੱਥੇ। ਉਹ ਤੋਂ ਬਾਅਦ ਸਾਰੇ ਗੁਰਦੁਆਰਾ ਸਾਹਿਬ ਗੱਜਪੁਰ 'ਚ ਲੰਗਰ ਛਕਾਉਂਦੇ ਹੈ। ਸਵੇਰੇ ਸਾਨੂੰ ਹਰੀਵਾਲ ਤੋਂ ਫੋਨ ਆਇਆ ਸੀ ਕਿ ਸਾਡੇ ਇੱਥੇ ਪਾਣੀ ਦਾ ਕਨੈਕਸ਼ਨ ਜਿਹੜਾ ਉਹ ਟੁੱਟ ਚੁੱਕਾ ਹੈ, ਸਾਨੂੰ ਪੀਣ ਦਾ ਪਾਣੀ ਨਹੀਂ ਹੈ। ਪਰ ਇਸੇ ਟਰੈਕਟਰ ਨਾਲ ਅਸੀਂ 2 ਟੈਂਕੀਆਂ ਪਾਣੀ ਦੀਆਂ ਉੱਥੇ ਛੱਡ ਕੇ ਆਏ ਹੈ। ਹੁਣ ਵੀ ਉਹਨਾਂ ਲੋਕਾਂ ਨਾਲ ਵੀ ਤੁਸੀਂ ਮਿਲ ਹੀ ਲੈਣਾ ਹੈ ਆ ਕੇ ਜਾ ਕੇ। ਇਹਨਾਂ ਪਿੰਡਾਂ ਦਾ ਬੜਾ ਨੁਕਸਾਨ ਹੋਇਆ ਹੈ। ਅਸੀਂ SGPC ਤਰਫੋਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ SGPC ਦਾ ਫਰਜ਼ ਵੀ ਹੈ ਅਤੇ ਲੌਂਗੋਵਾਲ ਸਾਹਿਬ ਦਾ ਅਤੇ ਸਾਡੇ ਮੈਨੇਜਰ ਸਾਹਿਬ ਸਰਦਾਰ ਜਸਵੀਰ ਸਿੰਘ ਦਾ ਆਦੇਸ਼ ਵੀ ਹੈ। ਭਾਈ ਸਾਹਿਬ, ਤੁਸੀਂ ਕਿੰਨੇ ਪਿੰਡਾਂ ਦੇ ਵਿੱਚ ਹੁਣ ਤੱਕ ਰਾਹਤ ਪਹੁੰਚਾ ਚੁੱਕੇ ਹੋ ਅਤੇ ਕਿਹੜੀ ਚੀਜ਼ ਦੀ ਸਭ ਤੋਂ ਵੱਡੀ ਲੋੜ ਹੈ ਪਿੰਡਾਂ ਦੇ ਵਿੱਚ ਹੁਣ? ਅਸੀਂ ਇੱਥੇ ਤਕਰੀਬਨ 6-7 ਪਿੰਡ ਨੇ ਸਾਡੇ, ਗੱਜਪੁਰ, ਚੰਦਪੁਰ, ਹਰੀਵਾਲ, ਬੁਰਜ, ਲੋਦੀਪੁਰ। ਇਹ ਜਿਹੜੇ ਪਿੰਡ ਹੈ ਉਹਨਾਂ 'ਚੋਂ ਕੁਛ ਪਿੰਡਾਂ ਨਾਲ ਹਜੇ ਤੱਕ ਸਾਡਾ ਸੰਪਰਕ ਹੋ ਨਹੀਂ ਰਿਹਾ ਕਿਉਂਕਿ ਉਹ ਆਪਸ 'ਚ ਟਰੈਕਟਰ ਵੀ ਉੱਥੇ ਨਹੀਂ ਜਾ ਰਹੇ। ਹਾਂਜੀ, ਪਰ ਅਸੀਂ ਜਿਹੜੇ ਪਿੰਡਾਂ ਸਾਡੀ ਫੋਨ 'ਤੇ ਉਹਨਾਂ ਦਾ ਰਾਬਤਾ ਕਾਇਮ ਹੈ ਹਰ ਬੰਦੇ ਨਾਲ, ਜਿਹੜੀ ਉਹਨਾਂ ਦੀ ਜ਼ਰੂਰਤ ਦੀ ਸਮਾਨ ਹੈ ਲੰਗਰ ਪਾਣੀ ਦੀ, ਉਹ ਅਸੀਂ ਪਹੁੰਚਾ ਰਹੇ ਹੈ। ਜਿਹੜੇ ਡੰਗਰਾਂ ਵਾਸਤੇ ਚਾਰੇ ਦੀ ਲੋੜ ਹੈ ਉਹ ਵੀ ਅਸੀਂ ਪਹੁੰਚਾ ਰਹੇ ਹੈ। ਤਕਰੀਬਨ ਇੱਥੋਂ ਜਿਹੜੀ ਚੀਜ਼ ਸਾਡੇ ਕੋਲ ਅਵੇਲੇਬਲ ਹੈ ਅਸੀਂ ਉਹ, ਅਤੇ ਜਿਹੜੇ ਗੁਰਦੁਆਰਾ ਸਾਹਿਬ ਦੇ ਨਾਲ ਅਟੈਚ ਨੇ ਮਹਾਂਪੁਰਸ਼ ਬਾਬਾ ਜੀ ਬਾਬਾ ਲਾਭ ਸਿੰਘ ਹੋਰੀ, ਜਿੱਦਾਂ ਸਿੱਖ ਆਏ ਹੈ ਸੰਗਰੂਰ ਤੋਂ ਆਏ ਹੈ, ਇਹ ਸਾਡੇ ਨਾਲ ਪਹਿਲਾਂ ਤੋਂ ਹੀ ਜੁੜੇ ਹੋਏ ਹੈ। ਇਹਨਾਂ ਨੂੰ ਅਸੀਂ ਫੋਨ ਕੀਤਾ ਵੀ ਤੁਹਾਡੇ ਕੋਲ ਚਾਰਾ, ਕਿਉਂਕਿ ਚਾਰਾ ਇੱਥੇ ਇਸ ਟਾਈਮ ਹੈ ਨਹੀਂ ਸੀ, ਵੀ ਤੁਹਾਡੇ ਕੋਲ ਚਾਰਾ ਤੁਸੀਂ ਲੈ ਕੇ ਆ ਜਾਓ। ਇਹਨਾਂ ਨੇ ਸਾਡੀ ਬੇਨਤੀ ਮੰਨਦੇ ਹੋਏ ਇਹ ਚਾਰਾ ਲੈ ਕੇ ਆਏ, ਇਹ ਸਾਡੇ ਨਾਲ ਹੋ ਕੇ ਸਾਰੇ ਸੇਵਾ ਕਰ ਰਹੇ ਹੈ। ਜੀ ਭਾਈ ਸਾਹਿਬ, ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਇਹ ਜ਼ਮੀਨ, ਮੈਂ ਕਹੂੰਗੀ ਆਪਣੇ ਸਹਿਯੋਗੀ ਜਰਨਲਿਸਟ ਨੂੰ ਕਿ ਦਿਖਾਈ ਜਾਵੇ ਇੱਥੇ ਹੁਣ ਪਾਣੀ ਹੈ ਜਿਹੜਾ ਉਹ ਘੱਟ ਦਿਖ ਰਿਹਾ। ਹੁਣ ਆ ਜਿਹੜੀ ਸੜਕ 'ਤੇ ਆਪਾਂ ਜਾ ਰਹੇ ਹਾਂ, ਕਿੰਨੇ ਕਿੰਨੇ ਫੁੱਟ ਪਾਣੀ ਸੀਗਾ ਇੱਥੇ, ਤੁਸੀਂ ਕੀ ਕੁਛ ਦੇਖਿਆ 5 ਦਿਨਾਂ ਦੇ ਵਿੱਚ?
ਇਹ ਜਿਹੜਾ ਕਰੋਸਿੰਗ ਹੈ ਤੁਹਾਡੀ ਜੀ, ਇਹ ਸਮਝ ਲਓ ਤੁਸੀਂ ਅੱਜ ਬੜੀ ਸੌਖੀ ਸਾਡੀ ਹੋ ਗਈ ਹੈ। ਬਾਕੀ ਜਿਹੜੇ ਪਿਛਲੇ 3-4 ਦਿਨ ਅਸੀਂ ਆਏ ਹੈ, ਜੇ ਤੁਹਾਨੂੰ ਅਸੀਂ ਦੱਸੀਏ ਵੀ ਕਿਹੜੇ ਤਰੀਕੇ ਨਾਲ ਆਏ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਸਾਡੇ ਟਰੈਕਟਰ ਦੇ ਅੱਗੇ ਦੋ ਬੰਦੇ ਦੋਹੇ ਟਾਇਰਾਂ ਦੇ ਅੱਗੇ ਖੜ੍ਹ ਕੇ ਡੰਡਿਆਂ ਨਾਲ ਦੇਖਦੇ ਸੀ ਕਿਤੇ ਟੋਆ ਤਾਂ ਨਹੀਂ, ਕਿਤੇ ਟਰੈਕਟਰ ਪਲਟ ਨਾ ਜਾਵੇ, ਮਤਲਬ ਪੂਰਾ। ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿਉਂਕਿ ਲੋੜ ਵੀ ਇਹਨਾਂ ਨੂੰ ਅੱਜ ਹੀ ਹੈ। ਅਤੇ ਭਾਈ ਸਾਹਿਬ, ਬੀਬੀਆਂ ਜਿਹੜੀਆਂ ਆ ਰਹੀਆਂ ਨੇ ਸੜਕ ਦੇ ਉੱਤੇ, ਕੀ ਇਹਨਾਂ ਦਾ ਪਰਪਸ ਹੈ, ਕਿਸ ਮਕਸਦ ਨਾਲ ਇਹ ਉੱਧਰੋਂ ਆ ਰਹੇ ਨੇ, ਕਿ ਉੱਥੇ ਰਾਸ਼ਨ ਪਾਣੀ ਕੋਈ ਮਿਲ ਰਿਹਾ ਹੈਗਾ? ਨਹੀਂ, ਰਾਸ਼ਨ ਪਾਣੀ ਤਾਂ ਚਲੋ ਗੁਰਦੁਆਰਾ ਸਾਹਿਬ ਮਿਲਦੇ ਆ, ਉਹ ਵੀ ਇਹ ਚਲੋ ਕਿਸੇ ਨੂੰ ਚਾਰੇ ਦੀ ਲੋੜ ਹੈ, ਉਹ ਆਪਣੇ ਟਰੈਕਟਰ ਟਰਾਲੀਆਂ ਲੈ ਰਹੇ ਹੈ। ਜਿਹੜੀਆਂ ਬੀਬੀਆਂ ਨੇ ਤਕਰੀਬਨ ਆਪਣੇ ਫਸਲ ਵਾੜੀ ਦੇਖਣ, ਕਿਉਂਕਿ ਇਹ ਤਬਾਹ ਹੋ ਗਿਆ ਸਾਰਾ ਕੁਛ। ਅੱਜ ਦਾ ਰਾਸ਼ਨ ਅਸੀਂ ਦੇ ਦੇਣਾ, ਇਹਨਾਂ ਨੇ ਕੱਲ੍ਹ ਦਾ ਵੀ ਸੋਚਣਾ, ਪਰਸੋਂ ਦਾ ਵੀ ਸੋਚਣਾ, ਇਹ ਆਪਣਾ ਦੇਖ ਰਹੇ ਹੈ, ਹੈ ਨਾ ਜੀ, ਵੀ ਕਿੰਨਾ। ਸੋ ਭਾਈ ਸਾਹਿਬ, ਜਿਹੜੇ ਨੁਕਸਾਨ ਹੋਇਆ, ਕੀ ਇਹ ਮੰਨਦੇ ਹੋ ਤੁਸੀਂ ਵੀ ਕੁਦਰਤੀ ਹੜ੍ਹ ਆਇਆ? ਕਿਉਂਕਿ ਨੁਕਸਾਨ ਜਿਹੜਾ ਸਿਰਫ ਤੇ ਸਿਰਫ ਸਤਲੁਜ ਦੇ ਲਾਗਲੇ ਪਿੰਡਾਂ ਦਾ ਹੀ ਹੋ ਰਿਹਾ ਹੈਗਾ ਜ਼ਿਆਦਾਤਰ ਅਨੰਦਪੁਰ ਸਾਹਿਬ ਦੇ ਵਿੱਚ। ਦੇਖੋ, ਮੈਂ ਅਨੰਦਪੁਰ ਸਾਹਿਬ ਦਾ ਲੋਕਲ ਵਾਸੀ ਹੈ, ਬਤੌਰ SGPC ਅਸੀਂ ਸੇਵਾ ਕਰਦੇ ਹੈ, ਉਹ ਸਾਡਾ ਫਰਜ਼ ਹੈ। ਪਰ ਜੇ ਗੱਲ ਕਰਾਂ ਨੁਕਸਾਨ ਦੀ, ਇਹਤੋਂ ਥੋੜ੍ਹਾ ਹਟ ਕੇ, ਤਾਂ ਇਹ ਜਿਹੜਾ ਨੁਕਸਾਨ ਹੈ ਸਾਡੇ ਜਿਹੜਾ ਇਹ ਸਾਡਾ ਜਿਹੜਾ ਅਨੰਦਪੁਰ ਸਾਹਿਬ ਏਰੀਆ, ਇਹਦੇ ਦੋ ਪਾਸੇ ਬਣਦੇ ਹੈ, ਇੱਕ ਨਹਿਰਾਂ ਤੋਂ ਥੱਲੇ, ਇੱਕ ਉੱਪਰ। ਜਿਹੜਾ ਸਾਡਾ ਨਹਿਰ ਤੋਂ ਉੱਪਰ ਵਾਲਾ ਇਲਾਕਾ ਹੈ, ਉੱਥੇ ਹਮੇਸ਼ਾ ਹੀ ਗਰਮੀਆਂ ਨੂੰ ਸੋਕੇ ਦੀ ਮਾਰ ਹੈ। ਨਹਿਰ ਦਾ ਕੋਈ ਵੀ ਪਾਣੀ ਸਾਨੂੰ ਸਾਡੀਆਂ ਫਸਲਾਂ ਨੂੰ ਨਹੀਂ ਦਿੱਤਾ ਜਾਂਦਾ। ਸਾਡੇ ਉੱਪਰ ਪਹਾੜਪੁਰ ਸਮਲਾ, ਆਪਣਾ ਸਿੰਬਰਵਾਲ, ਲਖੇੜ, ਬਲੋਲੀ, ਮਜੇੜ, ਦਬੂੜ, ਜਿਹੜੇ ਨਹਿਰ ਦੇ ਉੱਪਰਲੇ ਪਾਸੇ ਪਿੰਡ ਨੇ, ਉਹ ਹਮੇਸ਼ਾ ਹੀ ਸੋਕੇ ਦੀ ਮਾਰ ਨਾਲ ਚੱਲਦੇ ਹੈ। ਨਹਿਰਾਂ ਦਾ ਕੋਈ ਪਾਣੀ ਨਾ ਲਿਫਟ ਇਰੀਗੇਸ਼ਨ ਨਾਲ, ਨਾ ਪਾਈਪਾਂ ਨਾਲ ਉਹਨਾਂ ਤੱਕ ਨਹੀਂ ਪਹੁੰਚਾਇਆ ਜਾਂਦਾ। ਜਿਹੜਾ ਸਾਡਾ ਥੱਲੇ ਵਾਲਾ ਏਰੀਆ ਹੈ, ਉਹ ਹਮੇਸ਼ਾ ਹੜ੍ਹਾਂ ਦੀ ਮਾਰ 'ਚ ਰਹਿੰਦਾ ਹੈ। ਮਤਲਬ ਇਹਨਾਂ ਨਹਿਰਾਂ ਦਾ, ਕਿਉਂਕਿ ਜਿਹੜਾ ਡੈਮ ਹੈ ਉਹਦਾ ਜਿਹੜਾ ਪਾਣੀ ਹੈ ਜਾਂ ਬਿਜਲੀ ਬਣਦੀ ਹੈ, ਉਹ ਤਾਂ ਸਾਰੇ ਸੂਬੇ ਨੂੰ ਜਾਂਦੀ ਹੈ, ਦਿੱਲੀ ਤੱਕ ਜਾਂਦੀ ਹੈ। ਪਰ ਜਿਹੜਾ ਉਹਦਾ ਨੁਕਸਾਨ ਹੈ, ਉਹ ਸਾਡੇ ਅਨੰਦਪੁਰ ਸਾਹਿਬ ਹਲਕੇ ਦੇ ਦੋਹਾਂ ਪਿੰਡਾਂ ਨੂੰ ਹੈਗਾ। ਸੋ ਜਿਹੜਾ ਮਾਈਨਿੰਗ ਵਾਲਾ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਹੈ, ਉਹਦਾ ਮਸਲਾ ਜਿਹੜਾ ਬਹੁਤ ਉੱਠਿਆ ਹੋਇਆ ਕਿ ਉਸ ਕਰਕੇ ਵੀ ਪਿਛਲੇ 7-8 ਸਾਲਾਂ ਤੋਂ ਨਜਾਇਜ਼ ਹੋ ਰਹੀ ਹੈ, ਉਹਦਾ ਵੀ ਬਹੁਤ ਵੱਡਾ ਨੁਕਸਾਨ ਹੈ, ਉਹਦਾ ਵੀ ਬਹੁਤ ਵੱਡਾ ਰੋਲ ਹੈ ਹੜ੍ਹ ਆਉਣ ਦੇ ਵਿੱਚ। ਮੈਂ ਕਹਿੰਦਾ ਜੀ, ਜਿਹੜਾ ਲੋਕਲ ਪਿੰਡ ਵਾਸੀ ਹੈ, ਉਹ ਤਾਂ ਆਪਣੇ ਪਿੰਡ 'ਚੋਂ ਇੱਕ ਟਰਾਲੀ ਮਿੱਟੀ ਦੀ, ਰੇਤੇ ਦੀ, ਬਜਰੀ ਦੀ ਨਹੀਂ ਚੱਕ ਸਕਦਾ। ਜਿਹੜੇ ਮਾਈਨਿੰਗ ਆ ਰਹੇ ਆ, ਜਿਨ੍ਹਾਂ ਨੇ ਮਾਈਨਿੰਗ ਦੇ ਇਹ ਆਪਣੇ ਕ੍ਰੈਸ਼ਰ ਲਾਏ ਹੈ, ਇਹ ਤਕਰੀਬਨ ਸਾਰੇ ਜਿਹੜੇ ਵੱਡੇ ਲੋਕ ਹੈ, ਅਮੀਰ ਲੋਕ ਹੈ, ਜਿਨ੍ਹਾਂ ਦੀ ਮੁੱਖ ਮੰਤਰੀਆਂ ਤੱਕ ਗੱਲ ਹੈ, ਉਹਨਾਂ ਦੇ ਇਹ ਕ੍ਰੈਸ਼ਰ ਲੱਗੇ ਹੈ। ਸਾਡੇ ਲੋਕਲ ਪਿੰਡਾਂ ਨੂੰ ਟਰਾਲੀਆਂ ਚੱਕਣ 'ਤੇ ਵੀ ਪਰਚੇ ਹੈ। ਜਿਹੜੇ ਬਾਹਰੋਂ ਲੋਕ ਆਉਂਦੇ ਆ, ਜਿਨ੍ਹਾਂ ਨੇ ਮੁੱਖ ਮੰਤਰੀਆਂ ਸਿੱਧੀਆਂ ਗੱਲ, ਉਹ ਇੱਥੋਂ ਕਰੋੜਾਂ ਰੁਪਏ ਬਣਾ ਕੇ ਚਲੇ ਜਾਂਦੇ ਹੈ। ਅੱਜ ਉਹ ਇਹਨਾਂ ਪਿੰਡਾਂ ਦੀ ਸਾਰ ਲੈਣ ਵੀ ਨਹੀਂ ਆਏ। ਅੱਜ ਸੜਕਾਂ ਟੁੱਟੀਆਂ ਨੇ, ਇੱਥੇ 2 ਟਿੱਪਰ ਟਰਾਲੀਆਂ 'ਤੇ ਕਿਤੇ ਪੈਣੇ ਹੈ, ਮਤਲਬ ਕੋਈ ਬਜਰੀ ਪਾ ਦਿਓ, ਇਹ ਠੀਕ ਹੋ ਸਕਦੀ। ਪਰ ਉਹਨਾਂ ਨੇ ਬਿਲਕੁਲ, ਭਾਈ ਸਾਹਿਬ ਅਸੀਂ ਇਹ ਵੀ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜਾ ਦਰਿਆਵਾਂ ਦਾ ਪਾਣੀ ਹੈ ਉਛਲ ਉਛਲ ਕੇ ਪੰਜਾਬ ਦਾ ਨੁਕਸਾਨ ਕਰ ਰਿਹਾ। ਇਸ 'ਤੇ ਵੀ ਅਸੀਂ ਚਰਚਾ ਕਰਾਂਗੇ ਕਿ ਆਖਿਰ ਮਾਈਨਿੰਗ ਦਾ ਕਿਵੇਂ ਨੁਕਸਾਨ ਹੋ ਰਿਹਾ ਇਸ ਹੜ੍ਹ ਦੇ ਵਿੱਚ ਲੋਕਾਂ ਨੂੰ। ਹੁਣ ਅਸੀਂ ਪਿੰਡ ਗਜਪੁਰ ਬੇਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਹਾਂ। ਇੱਥੇ SGPC ਨੇ ਆਪਣਾ ਰਾਹਤ ਕਾਰਜ ਹੈ ਜਿਹੜਾ ਉਹ ਸ਼ੁਰੂ ਕੀਤਾ ਹੋਇਆ, ਉਹ ਆਪਾਂ ਪਹਿਲਾਂ ਸਾਰਾ ਦੇਖ ਲਈਏ ਕਿ ਕਿਵੇਂ ਚੱਲ ਰਹੇ ਨੇ ਰਾਤ ਕਾਰਜ, ਅਤੇ ਫਿਰ ਅਸੀਂ ਬਾਕੀ ਵੀ ਤੁਹਾਨੂੰ ਸਾਰਾ ਇਸ ਇਲਾਕੇ ਦਾ ਹਾਲ ਹੈ ਜਿਹੜਾ ਉਹ ਜ਼ਰੂਰ ਦਿਖਾਵਾਂਗੇ। ਭਾਈ ਸਾਹਿਬ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਰਜਨ ਸਿੰਘ ਹੈ ਜੀ, ਮੈਂ ਪਿੰਡ ਗਜਪੁਰ ਤੋਂ। ਸੇਵਾ ਕਿਹੜੀ ਨਿਭਾ ਰਹੇ ਹੋ ਇੱਥੇ? ਮੈਂ ਗੁਰੂ ਘਰ ਦੀ ਮਾੜੀ ਮੋਟੀ ਸੇਵਾ ਕਰੀ ਜੀ, ਸਵੇਰੇ ਸ਼ਾਮ। ਹਾਂਜੀ, ਮੈਂ ਰਿਟਾਇਰਡ ਟੀਚਰ ਹੈ ਜੀ।
ਸੋ ਇੱਥੇ ਐਸ ਜੀ ਪੀ ਸੀ ਦੇ ਵੱਲੋਂ ਕਿੰਨੀ ਕੁ ਰਾਹਤ ਦਿੱਤੀ ਜਾ ਰਹੀ ਹੈ ਤੁਹਾਡੇ ਪਿੰਡ ਦੇ ਲੋਕਾਂ ਨੂੰ ਅਤੇ ਕੀ ਕੁਛ ਲੋੜ ਹੈ ਇੱਥੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਰੋਜ਼ ਸਾਨੂੰ ਪਿੰਡਾਂ ਨੂੰ ਲੰਗਰ ਪਹੁੰਚਾਇਆ ਜਾ ਰਿਹਾ ਹੈ ਅਤੇ ਦਵਾਈਆਂ ਵੀ ਪਹੁੰਚਾਈਆਂ ਜਾ ਰਹੀਆਂ ਹਨ। ਅਸੀਂ ਸਾਰੇ ਇਲਾਕਾ ਨਿਵਾਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ।